ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਨਜ਼ਰ ਪਾਉਂਦੇ ਹਾਂ ਸਭ ਤੋਂ ਪਹਿਲਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਟਰੂਡੋ ਸਰਕਾਰ ਦਾ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਲਈ ਵੱਡਾ ਫੈਸਲਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੁਤਾਬਕ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਦੀ ਸਹੂਲਤ ਦੇਣ ਦੀ ਬਣਾਈ ਜਾ ਰਹੀ ਹੈ ਯੋਜਨਾ ਲਖਬੀਰ ਸਿੰਘ ਲੰਡਾ ਨੂੰ ਭਾਰਤ ਸਰਕਾਰ ਨੇ ਐਲਾਨਿਆ ਅੱਤਵਾਦੀ ਪੰਜਾਬ ਪੁਲਿਸ ਹੈੱਡਕੁਆਰਟਰ ਤੇ ਰਾਕੇਟ ਹਮਲੇ ਦੀ ਬਣਾਈ ਸੀ ਯੋਜਨਾ ਕੈਨੇਡਾ ਦੇ ਐਡਮਿੰਟਨ ਵਿੱਚ ਰਹਿ ਰਿਹਾ ਹੈ ਲੰਡਾ ਕੈਨੇਡਾ 'ਚ ਭਾਰਤੀ ਮੂਲ ਦੀ ਔਰਤ ਤੇ ਕਤਲ ਦਾ ਦੋਸ਼ ਪੁਲਿਸ ਵੱਲੋਂ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਨੇ ਮ੍ਰਿਤਕਾ ਦੇ ਨਾਮ ਦਾ ਨਹੀਂ ਕੀਤਾ ਖੁਲਾਸਾ ਅਤੇ ਡੇਢ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਹੋਈ ਮੌਤ ਉਚੇਰੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਮਾਪਿਆਂ ਦਾ ਇੱਕ ਲੌਤਾ ਪੁੱਤਰ ਮ੍ਰਿਤਕ ਦੀ ਪਛਾਣ 21 ਸਾਲਾਂ ਦੇ ਕਰਨਵੀਰ ਸਿੰਘ ਵਜੋਂ ਹੋਈ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵਿੱਚ ਗੈਰ ਦਸਤਾਵੇਜ਼ ਰਾਹੀਂ ਰਹਿ ਰਹੇ ਪ੍ਰਵਾਸੀਆਂ ਲਈ ਬਹੁਤ ਜਲਦੀ ਨਾਗਰਿਕਤਾ ਮਾਰਗ ਸ਼ੁਰੂ ਕੀਤਾ ਜਾਵੇਗਾ ਇਸ ਗੱਲ ਦਾ ਖੁਲਾਸਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਕੀਤਾ ਗਿਆ ਇਸ ਨਾਲ ਗੈਰ ਦਸਤਾਵੇਜ਼ੀ ਵਿਅਕਤੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀਆਂ ਦੀ ਸਹੂਲਤ ਮਿਲੇਗੀ ਮਿਲਰ ਨੇ ਦ ਗਲੋਬਲ ਐਂਡ ਮੇਲ ਨੂੰ ਦੱਸਿਆ ਕਿ ਇਹ ਪਹਿਲਕਦਮੀ ਕੈਨੇਡਾ ਦੇ ਅਭਿਲਾਸ਼ੀ ਇਮੀਗ੍ਰੇਸ਼ਨ ਟੀਚਿਆਂ ਦੇ ਅਨੁਸਾਰ ਹੈ ਜੋ 2025 ਤੱਕ ਸਾਲਾਨਾ 5 ਲੱਖ ਪ੍ਰਵਾਸੀਆਂ ਦਾ ਸਵਾਗਤ ਕਰੇਗੀ ਇਸ ਨਾਲ ਆਬਾਦੀ ਦੇ ਵਾਧੇ ਨੂੰ ਹੁਲਾਰਾ ਮਿਲੇਗਾ ਜਿਸ ਨੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੂਤਰਾਂ ਤੋਂ ਮਿਲੀ ਇੱਕ ਰਿਪੋਰਟ ਅਨੁਸਾਰ ਕੈਨੇਡਾ ਦੀ ਮੌਜੂਦਾ ਆਬਾਦੀ ਵਿੱਚ ਅੰਦਾਜ਼ਨ 3 ਲੱਖ ਤੋਂ 6 ਲੱਖ ਲੋਕ ਬਿਨਾਂ ਕਿਸੇ ਦਸਤਾਵੇਜ਼ਾਂ ਤੋਂ ਰਹਿ ਰਹੇ ਨੇ ਜਿਨ੍ਹਾਂ ਨੂੰ ਰਸਮੀ ਸਥਿਤੀ ਦੀ ਘਾਟ ਕਾਰਨ ਦੇਸ਼ ਨਿਕਾਲੇ ਦਾ ਖਤਰਾ ਹੈ ਪ੍ਰਸਤਾਵਿਤ ਪ੍ਰੋਗਰਾਮ ਵਿੱਚ ਸਿਰਫ ਉਹ ਲੋਕ ਸ਼ਾਮਲ ਨਹੀਂ ਹੋਣਗੇ ਜੋ ਸਹੀ ਦਸਤਾਵੇਜ਼ਾਂ ਤੋਂ ਬਿਨਾਂ ਦੇਸ਼ ਵਿੱਚ ਦਾਖਲ ਹੋਏ ਸਨ ਸਗੋਂ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਸ਼ੁਰੂ ਵਿੱਚ ਕਾਨੂੰਨੀ ਤੌਰ 'ਤੇ ਅਸਥਾਈ ਕਾਮਿਆਂ ਜਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਆਏ ਸਨ ਨਾਲ ਹੀ ਉਹ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੱਧ ਰਹਿਣ ਦੀ ਯੋਜਨਾ ਬਣਾ ਰਹੇ ਸਨ ਇਸ ਮਾਮਲੇ ਦੇ ਸੰਬੰਧ ਵਿੱਚ ਮਿਲਰ ਨੇ ਸਪਸ਼ਟ ਕੀਤਾ ਕਿ ਇਹ ਪ੍ਰੋਗਰਾਮ ਸਾਰੇ ਗੈਰ ਦਸਤਾਵੇਜ਼ੀ ਵਿਅਕਤੀਆਂ ਲਈ ਖੁੱਲ੍ਹਾ ਨਹੀਂ ਹੋਵੇਗਾ ਵਿਸ਼ੇਸ਼ ਤੌਰ 'ਤੇ ਉਹ ਜਿਹੜੇ ਹਾਲ ਹੀ ਵਿੱਚ ਦੇਸ਼ ਵਿੱਚ ਦਾਖਲ ਹੋਏ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਆਪਣੀ ਸਥਿਤੀ ਨੂੰ ਨਿਯਮਿਤ ਕਰਨ ਲਈ ਪ੍ਰਕਿਰਿਆ ਦੀ ਰੂਪਰੇਖਾ ਦੇਣ ਵਾਲਾ ਪ੍ਰਸਤਾਵ ਆਉਣ ਵਾਲੀ ਬਸੰਤ ਵਿੱਚ ਕੈਬਨਿਟ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ ਹਾਲਾਂਕਿ ਇਹ ਘੋਸ਼ਣਾ ਹਾਊਸਿੰਗ ਚੁਣੌਤੀਆਂ ਅਤੇ ਉੱਚ ਮਹਿੰਗਾਈ ਦਰਾਂ ਦੇ ਪਿਛੋਕੜ ਦੇ ਵਿਰੁੱਧ ਆਈ ਹੈ ਇਹਨਾਂ ਆਰਥਿਕ ਚਿੰਤਾਵਾਂ ਦੇ ਬਾਵਜੂਦ ਸਰਕਾਰ ਨੇ ਅਗਲੇ 2 ਸਾਲਾਂ ਲਈ ਮੌਜੂਦਾ ਇਮੀਗ੍ਰੇਸ਼ਨ ਟੀਚਿਆਂ ਨੂੰ ਬਰਕਰਾਰ ਰੱਖਣ ਦੀ ਚੋਣ ਕੀਤੀ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਭਾਰਤੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਦਿੱਤਾ ਹੈ 33 ਸਾਲਾ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ 2021 'ਚ ਮੋਹਾਲੀ 'ਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ 'ਤੇ ਰਾਕੇਟ ਹਮਲੇ ਦੀ ਯੋਜਨਾ ਬਣਾਈ ਸੀ ਇਸ ਤੋਂ ਇਲਾਵਾ ਉਹ ਕਈ ਹੋਰ ਅੱਤਵਾਦੀ ਗਤੀਵਿਧੀਆਂ 'ਚ ਵੀ ਸ਼ਾਮਿਲ ਰਿਹਾ ਹੈ ਦੱਸ ਦਈਏ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ ਉਹ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ ਜਿਸ ਨੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਇਆ ਸੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਲਖਬੀਰ ਸਿੰਘ ਉਰਫ ਲੰਡਾ ਜੋ ਇਸ ਸਮੇਂ ਕੈਨੇਡਾ ਦੇ ਅਲਬਰਟਾ ਐਡਮਿੰਟਨ ਵਿੱਚ ਰਹਿੰਦਾ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ ਲੰਡਾ ਸੀਮਾ ਪਾਰ ਏਜੰਸੀ ਦੁਆਰਾ ਸਮਰਥਿਤ ਮੋਢੇ ਨਾਲ ਫਾਇਰ ਕੀਤੇ ਜਾਣ ਵਾਲੇ ਰਾਕੇਟ ਪ੍ਰੋਪੇਲਡ ਗ੍ਰਨੇਡਾ ਦੁਆਰਾ ਅੱਤਵਾਦੀ ਹਮਲੇ ਵਿੱਚ ਸ਼ਾਮਿਲ ਸੀ ਕਾਬਲੇ ਗੌਰ ਹੈ ਕਿ ਪੰਜਾਬ ਇੰਟੈਲੀਜੈਂਸ ਦਾ ਮੁੱਖ ਦਫ਼ਤਰ ਮੋਹਾਲੀ ਵਿੱਚ ਹੈ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਵੱਖ ਵੱਖ ਮੋਡਿਊਲਾਂ ਨੂੰ IED ਹਥਿਆਰ ਵਿਸਫੋਟਕ ਸਮੱਗਰੀ ਸਪਲਾਈ ਕਰਨ ਦਾ ਆਰੋਪ ਹੈ ਕੈਨੇਡਾ 'ਚ ਭਾਰਤੀ ਮੂਲ ਦੀ ਇੱਕ ਔਰਤ 'ਤੇ ਕਤਲ ਦਾ ਦੋਸ਼ ਲੱਗਿਆ ਹੈ ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਪੀੜਤਾ ਦੀ ਲਾਸ਼ ਮਿਲਣ ਤੋਂ 1 ਦਿਨ ਬਾਅਦ ਆਰੋਪੀ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਹਿਰਾਸਤ ਵਿੱਚ ਲਿਆ ਸੀ ਪੁਲਿਸ ਨੇ ਕਿਹਾ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਔਰਤ ਦੀ ਸ਼ੱਕੀ ਮੌਤ ਦੇ ਸੰਬੰਧ ਵਿੱਚ ਭਾਰਤੀ ਮੂਲ ਦੀ 28 ਸਾਲਾ ਪ੍ਰੀਤੀ ਟੀਨਾ ਕੌਰ ਪਨੇਸਰ 'ਤੇ ਪਹਿਲੀ ਡਿਗਰੀ ਕਤਲ ਦੇ ਚਾਰਜ ਲਗਾਏ ਗਏ ਨੇ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਦੇ ਇੱਕ ਸ਼ਹਿਰ ਡੈਲਟਾ ਵਿੱਚ ਪੀੜਿਤ ਦੀ ਲਾਸ਼ ਮਿਲਣ ਤੋਂ 1 ਦਿਨ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਡੈਲਟਾ ਪੁਲਿਸ ਨੇ ਮ੍ਰਿਤਕ ਔਰਤ ਦਾ ਨਾਮ ਉਮਰ ਜਾਂ ਉਸ ਬਾਰੇ ਕੋਈ ਹੋਰ ਪਛਾਣ ਦੇ ਵੇਰਵੇ ਸਾਂਝੇ ਨਹੀਂ ਕੀਤੇ ਸਿਵਾਏ ਇਸ ਤੋਂ ਇਲਾਵਾ ਕਿ ਉਸ ਦੇ ਪਨੇਸਰ ਨਾਲ ਅਣਪਛਾਤੇ ਪਰਿਵਾਰਕ ਸੰਬੰਧ ਨੇ ਕੁਝ ਮੀਡੀਆ ਅਦਾਰਿਆਂ ਨੇ ਡੈਲਟਾ ਪੁਲਿਸ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ ਕਿ ਅਧਿਕਾਰੀਆਂ ਨੂੰ ਸ਼ਾਮ ਨੂੰ ਸ਼ਹਿਰ ਦੇ ਲਾਡਨੇਰ ਇਲਾਕੇ ਵਿੱਚ ਇੱਕ ਘਰ ਵਿੱਚ ਬੁਲਾਇਆ ਗਿਆ ਸੀ ਉੱਥੇ ਇੱਕ ਔਰਤ ਮ੍ਰਿਤਕ ਪਾਈ ਗਈ ਸੀ
ਸ਼ੁਰੂਆਤੀ ਤੌਰ ਤੇ ਹਾਲਾਤਾਂ ਨੂੰ ਸ਼ੱਕੀ ਦੱਸਦੇ ਹੋਏ ਜਾਂਚ ਅਧਿਕਾਰੀਆਂ ਨੇ ਕਿਹਾ ਸੀ ਕਿ ਉਹਨਾਂ ਨੇ ਨਿਰਪੱਖ ਤੌਰ ਤੇ ਤੈਅ ਕੀਤਾ ਹੈ ਕਿ ਮ੍ਰਿਤਕਾਂ ਦਾ ਕਤਲ ਕੀਤਾ ਗਿਆ ਹੈ। एक न्यूज़ रिलीज़ विच डेल्टा पुलिस विभाग ने इस चुनौतीपूर्ण समय दौरान पीड़ित परिवार नाल दिली हमदर्दी की पेशकश की थी। रिलीज़ विच कहा गया कि चल रही जांच अते कानूनी कार्रवाइयां दे मद्देनज़र इस समय होर वेरव्या का खुलासा नहीं किया जाएगा। पुलिस ने स्थानक मीडिया नूं दस्या कि इस मौत का संबंध लोअर मेनलैंड गैंगवार नाल नहीं है जो ब्रिटिश कोलंबिया सूबे विच चल रही है। पंजाब दी धरती तो हर साल हज़ारां नौजवान विदेशी धरती ते सुनहरे भविख दी आस लैके जांदे ने। इस दे नाल ही अनेका पंजाबी नौजवान जिंदगी दे संघर्ष नाल जूझदे होए मौत दे मूँह विच जा पैंदे ने। अजिही ही एक होर मंदभागी खबर कैनेडा तो सामने आई है जिथे पंजाबी नौजवान की मौत होण दी खबर है। मृतक की पहचान नौजवान 21 सालां दे करनवीर सिंह वजों हुई है। मिली जानकारी अनुसार करणवीर सिंह विनीपैग च रहिंदा सी। वह 1.5 साल पहला ही कैनेडा उचेरी पढ़ाई करन लई गया सी। वह अपने मापिया का एक लौता पुत्र सी। करणवीर सिंह की सेहत बिगड़ गई जिस नाल उसकी मौत हो गई। मृतक नौजवान मापिया का एक लौता मुंडा सी। उसकी मौत की खबर सुनदिया ही शहर च सोग की लहर दौड़ गई। उसके मापिया ने केंद्र अते पंजाब सरकार तो मंग की है कि मृतक नौजवान की लाश भारत लियाण च उन्हां दी मदद की जाए। कैनेडा च पिछले साल क्रिसमस की पूर्व संध्या ते वापरे एक बस हादसे च 41 साल दे सिख समेत 4 लोगों की मौत के मामले च किसी ते मुकदमा नहीं चलेगा। अमृतसर के बुटाला वासी करणजोत सिंह सोडी की 24 दिसंबर 2022 नूं शाम 6 बजे ब्रिटिश कोलंबिया सूबे के बर्फीले हाईवे ते एक बस के पलटन नाल मौके ते ही मौत हो गई सी। बीसी प्रोसीक्यूशन सर्विस के प्रतिनिधि डैन मैकला फ्लिन ने कहा कि क्राउन काउंसल ने सिट्टा कढ़िया है कि दोषां दे मापदंड पूरे नहीं हो सके ने। जांचकर्तावां दा मनना है कि हादसे समय बस च 45 मुसाफर सवार सन। ब्रिटिश कोलंबिया रॉयल कैनेडियन माउंटेड पुलिस ने एक बयान विच कहा सी कि हाईवे ते बहुत बर्फ कारण फिसलवे हालात सन जिस कारण अल्बर्टा ईब्स वालों चलाई जा रही बस पलट गई। इस हादसे च सोडी समेत 4 मुसाफरां दी मौके ते ही मौत हो गई सी। सोडी हादसे तो सिर्फ 3 महीने पहला सितंबर 2022 विच वर्क परमिट ते कैनेडा आया सी अते ओ कानागन वाइनरी दे एक रेस्टोरेंट विच शेफ वजो काम करदा सी। 24 दिसंबर नूं अपने चचेरे भरा कुलविंदर सिंह नाल छुट्टियां मनाउण लई बस च सवार होके जा रहा सी। ट्रांसपोर्ट ट्रक ड्राइवर कुलविंदर ने दसिया कि वह नहीं मनते कि हादसा ड्राइवर की गलती सी। उसने कहा कि सर्दियों च ड्राइविंग की माड़ी स्थिति कारण हाईवे नू बंद कर देना चाहिदा सी अते ड्राइवर नू भी उस रात गड्डी चलाउण तो इनकार कर देना चाहिदा सी। कुलविंदर ने कहा बीसी सरकार ने सड़क की सही ढंग नाल सफाई नहीं की। सोडी अपने पिछे माँ पत्नी अते 2 बच्चे छड़ गए ने। RCMP स्टाफ सार्जेंट क्रिस क्लार्क ने कहा कि BC हाईवे पेट्रोल जांच खत्म हो गई है। क्लार्क ने कहा क्योंकि कोई दोष नहीं लगाया गया है, असी जांच दे किसी भी वेरवे की पुष्टि करने की स्थिति नहीं आ। भारतीय मूल दे उद्यमी फिरदौस खरास नू मानव केंद्रित मीडिया राही समाजिक तब्दीली नू उत्साहित करने लई देश दे सर्वोच्च सन्मानों विचों एक ऑफिसर ऑफ द ऑर्डर ऑफ कैनेडा नियुक्त किया गया है। साल 2023 दे लई ऑर्डर ऑफ कैनेडा दियां नियुक्तियां दी सालाना सूची कैनेडा दी गवर्नर मैरी साइमन ने वीरवार नूं जारी कीती। इह समाज दे सारे खेतरां दे उहनां लोकां नूं मानता दिंदी है जिन्हां ने कैनेडा विच शानदार अते लगातार योगदान दित्ता है। साइमन ने ऑर्डर ऑफ कैनेडा विच 73 नियुक्तियां दा ऐलान कीता जिन्हां विच 3 कैंपेनियन, 15 अधिकारी, 1 ऑनरेडी अधिकारी अते 59 मैंबर शामिल ने। 68 साल खरास नू एक समाजिक उद्यमी, मनुक्तावादी अते लोक संचार मीडिया निर्माता दे रूप विच मानव केंद्रित मीडिया दे राही समाजिक तब्दीली नू अगे वधाउण दे लई ऑर्डर ऑफ कैनेडा दा अधिकारी नियुक्त कीता। खरास ने एक बयान विच कहा मैं ये सम्मान हासिल करके बड़ा खुश हाँ जो खास करके एक प्रवासी लई बड़े मायने रखदा है। हाईवे 407 दे स्टैरच उत्ते जाण लई ओंटारियो ड्राइवरां दा अगले साल तो बिल वधन वाला है। बुरलिंगटन तो पिकरिंग वाले 108 किलोमीटर के रूट उत्ते 2020 तो कोविड करके टोल फीस नहीं वधी सी जो कि हुण फरवरी 2024 तो वधन वाली है। दिन अते जोन ट्रैवल के आधार उत्ते लाइट व्हीकल्स नू पैसेंजर कार अते लाइट ड्यूटी ट्रक समेत 1 to 11 cents का टोल फीस विच वाधा देखना पवेगा। एजेंसी मुताबक महीनावार $5 के करीब खर्चा वध सकता है। शुक्रवार सवेरे फायर फाइटरां नूं टोरंटो दे पूर्वी बीच एरिया उत्ते लाश मिली है। जानकारी मुताबक पुलिस नूं क्यू बीच एवेन्यू विखे आण लई कॉल कीती गई सी।
ਪੁਲਿਸ ਮੁਤਾਬਕ ਲਾਸ਼ ਲੇਕ ਵਿੱਚ ਪੱਥਰਾਂ ਦੇ ਨਾਲ ਪਈ ਹੋਈ ਸੀ। ਲਾਸ਼ ਦੀ ਉਮਰ, ਲਿੰਗ ਅਤੇ ਮੌਤ ਦੇ ਕਾਰਨਾਂ ਬਾਰੇ ਪੁਲਿਸ ਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੇਕ ਵਿੱਚ ਲਾਸ਼ ਕਾਫੀ ਸਮੇਂ ਤੋਂ ਪਈ ਸੀ। ਬ੍ਰੈਂਪਟਨ ਦੇ ਤਿੰਨ ਵਸਨੀਕਾਂ ਤੇ $1,000 ਦਾ ਮੱਖਣ ਤੇ ਦੇਸੀ ਘਿਓ ਚੋਰੀ ਕਰਨ ਦੇ ਦੋਸ਼ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਗੁਲਫ ਵਿੱਚ ਵਾਪਰੀ। ਕੈਨੇਡਾ 'ਚ ਮੱਖਣ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਕੁਝ ਸਟੋਰਾਂ ਵਿੱਚ ਤਾਂ ਇਸ ਦੀ ਕੀਮਤ $12 ਪ੍ਰਤੀ ਔਂਸ ਹੋ ਗਈ ਹੈ। ਗੁਲਫ ਪੁਲਿਸ ਨੇ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਜਦੋਂ ਬ੍ਰੈਂਪਟਨ ਦੇ ਤਿੰਨ ਵਸਨੀਕਾਂ ਨੇ ਵੇਖਿਆ ਕਿ ਉਹਨਾਂ ਦੀ ਛੁੱਟੀਆਂ ਬਣਾਉਣ ਦੀ ਯੋਜਨਾ ਵਿੱਚ ਰੁਕਾਵਟ ਆ ਰਹੀ ਹੈ ਤਾਂ ਉਹਨਾਂ ਨੇ ਇਹ ਕਾਰਾ ਕੀਤਾ। ਪੁਲਿਸ ਨੇ ਇੱਕ ਗਰੋਸਰੀ ਸਟੋਰ ਤੋਂ ਆਏ ਫੋਨ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀ ਮੱਖਣ ਅਤੇ ਦੇਸੀ ਘਿਓ ਲੈ ਕੇ ਸਟੋਰ ਵਿੱਚੋਂ ਨਿਕਲ ਕੇ ਆਪਣੇ ਵਾਹਨ ਵੱਲ ਵੱਧ ਰਹੇ ਸਨ। ਜਦੋਂ ਅਫਸਰਾਂ ਨੇ ਰੋਕਿਆ ਤਾਂ ਵੇਖਿਆ ਕਿ ਗਰੋਸਰੀ ਸਟੋਰ ਦੇ ਬਾਹਰ ਇੱਕ ਸ਼ੱਕੀ ਵਾਹਨ ਖੜ੍ਹਾ, ਉਸ ਵਿੱਚ ਇੱਕ ਹੋਰ ਵਿਅਕਤੀ ਬੈਠਾ ਹੈ। ਪੁਲਿਸ ਨੇ ਇਹਨਾਂ ਸਾਰਿਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕਰ ਲਿਆ। ਚੋਰੀ ਕੀਤੇ ਮੱਖਣ ਅਤੇ ਦੇਸੀ ਘਿਓ ਦੀ ਕੀਮਤ ਕਰੀਬ $1,000 ਦੱਸੀ ਜਾ ਰਹੀ ਹੈ। ਅਮਰੀਕਾ ਨੇ ਇੱਕ ਵਾਰ ਫਿਰ ਚੀਨ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਚੀਨੀ ਗੁਬਾਰੇ ਨੇ ਜਾਸੂਸੀ ਲਈ ਆਪਣੀ ਨਹੀਂ ਸਗੋਂ ਅਮਰੀਕੀ ਇੰਟਰਨੈਟ ਸੇਵਾ ਪ੍ਰਦਾਤਾ ਦੀ ਵਰਤੋਂ ਕੀਤੀ ਸੀ। ਜਾਸੂਸੀ ਗੁਬਾਰੇ ਨੇ ਅਮਰੀਕੀ ਇੰਟਰਨੈਟ ਦੀ ਵਰਤੋਂ ਕਰਕੇ ਨੈਵੀਗੇਸ਼ਨ ਅਤੇ ਲੋਕੇਸ਼ਨ ਡਾਟਾ ਚੀਨ ਨੂੰ ਵਾਪਸ ਭੇਜਿਆ। ਇੱਕ ਅਮਰੀਕੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕੀ ਹਵਾਈ ਖੇਤਰ ਵਿੱਚ ਦੇਖੇ ਗਏ ਇੱਕ ਚੀਨੀ ਜਾਸੂਸੀ ਗੁਬਾਰੇ ਨੇ ਇੰਟਰਨੈਟ ਦੀ ਵਰਤੋਂ ਕਰਕੇ ਬੀਜਿੰਗ ਨੂੰ ਜਾਣਕਾਰੀ ਭੇਜੀ ਸੀ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਇਸ ਗੁਬਾਰੇ ਨੂੰ ਹਵਾ 'ਚ ਨਸ਼ਟ ਕਰ ਦਿੱਤਾ ਸੀ। ਅਮਰੀਕਾ ਨੇ ਚੀਨ 'ਤੇ ਗੁਬਾਰਿਆਂ ਦੀ ਮਦਦ ਨਾਲ ਜਾਸੂਸੀ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਚੀਨ ਨੇ ਇਹਨਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਇਸ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਪੈਦਾ ਹੋ ਗਿਆ ਸੀ। ਅਮਰੀਕਾ ਨੇ ਅਜੇ ਤੱਕ ਇੰਟਰਨੈਟ ਸੇਵਾ ਪ੍ਰਦਾਨ ਕਰਨ ਵਾਲੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਕੁਝ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਜਾਸੂਸੀ ਗੁਬਾਰੇ ਨੇ ਅਮਰੀਕਾ ਦੇ ਇੰਟਰਨੈਟ ਨੈੱਟਵਰਕ ਦੀ ਵਰਤੋਂ ਕੀਤੀ ਸੀ। ਹਾਲਾਂਕਿ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨੀ ਗੁਬਾਰੇ ਨੇ ਸਿਰਫ ਨੈਵੀਗੇਸ਼ਨ ਅਤੇ ਲੋਕੇਸ਼ਨ ਸੰਬੰਧੀ ਜਾਣਕਾਰੀ ਚੀਨ ਨੂੰ ਭੇਜੀ ਸੀ ਅਤੇ ਸਿਰਫ ਹੋਰ ਮਹੱਤਵਪੂਰਨ ਖੁਫੀਆ ਡਾਟਾ ਇਕੱਠਾ ਕੀਤਾ ਸੀ ਜੇ ਇਸ ਨੂੰ ਬਾਅਦ 'ਚ ਕੱਢਿਆ ਜਾਣਾ ਸੀ। ਪਰ ਇਸ ਤੋਂ ਪਹਿਲਾਂ ਹੀ ਅਮਰੀਕਾ ਨੇ ਇਸ ਗੁਬਾਰੇ ਨੂੰ ਨਿਸ਼ਾਨਾ ਬਣਾ ਕੇ ਸੁੱਟ ਦਿੱਤਾ ਸੀ। ਜਾਸੂਸੀ ਗੁਬਾਰੇ ਦਾ ਮਲਬਾ ਅਟਲਾਂਟਿਕ ਮਹਾਸਾਗਰ ਤੋਂ ਬਰਾਮਦ ਹੋਇਆ ਸੀ। ਇਸ ਦੇ ਨਾਲ ਹੀ ਚੀਨ ਲਗਾਤਾਰ ਸਪਸ਼ਟ ਕਰ ਰਿਹਾ ਹੈ ਕਿ ਇਹ ਮੌਸਮ ਦੀ ਜਾਣਕਾਰੀ ਇਕੱਠੀ ਕਰਨ ਲਈ ਗੁਬਾਰਾ ਸੀ। ਚੀਨ ਨੇ ਕਿਹਾ ਕਿ ਇਹ ਗੁਬਾਰਾ ਜਾਸੂਸੀ ਲਈ ਨਹੀਂ ਵਰਤਿਆ ਜਾ ਰਿਹਾ ਸੀ ਅਤੇ ਹੁਣੇ ਹੀ ਆਪਣਾ ਰਸਤਾ ਭਟਕ ਕੇ ਅਮਰੀਕਾ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਚੀਨ ਨੇ ਅਜਿਹੇ ਦਰਜਨਾਂ ਖੁਫੀਆ ਗੁਬਾਰਿਆਂ ਦੀ ਵਰਤੋਂ ਕਰਕੇ ਘੱਟੋ ਘੱਟ 5 ਮਹਾਂਦੀਪਾਂ ਵਿੱਚ ਘੁਸਪੈਠ ਕੀਤੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਚੀਨੀ ਫੌਜ ਨੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਇਹ ਸਾਜਿਸ਼ ਰਚੀ ਹੈ। ਅਮਰੀਕਾ ਦੇ ਮੈਸੇਚਿਊਸੈਟਸ ਵਿੱਚ ਇੱਕ ਭਾਰਤੀ ਮੂਲ ਦਾ ਜੋੜਾ ਅਤੇ ਉਹਨਾਂ ਦੀ ਕਿਸ਼ੋਰ ਧੀ ਆਪਣੇ ਆਲੀਸ਼ਾਨ ਘਰ ਵਿੱਚ ਮ੍ਰਿਤਕ ਪਾਏ ਗਏ ਨੇ। ਇਹ ਮਾਮਲਾ ਸਿੱਧੇ ਤੌਰ 'ਤੇ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਜਾਪਦਾ ਹੈ। ਇਸ ਗੱਲ ਦੀ ਜਾਣਕਾਰੀ ਮੀਡੀਆ ਰਿਪੋਰਟ 'ਚ ਦਿੱਤੀ ਗਈ ਹੈ। ਨਾਰਫੋਕ ਡਿਸਟ੍ਰਿਕਟ ਅਟਾਰਨੀ ਮਾਈਕਲ ਮੌਰੀਸੀ ਨੇ ਦੱਸਿਆ ਕਿ ਰਾਕੇਸ਼ ਕਮਲ, ਉਸ ਦੀ ਪਤਨੀ ਟੀਨਾ ਅਤੇ ਉਹਨਾਂ ਦੀ ਬੇਟੀ ਅਰਿਆਨਾ ਦੀਆਂ ਲਾਸ਼ਾਂ ਡੋਵਰ ਸਥਿਤ ਉਹਨਾਂ ਦੇ ਘਰ ਵਿੱਚੋਂ ਸ਼ਾਮ 7:30 ਦੇ ਕਰੀਬ ਬਰਾਮਦ ਹੋਈਆਂ ਨੇ। ਡੋਵਰ ਮੈਸੇਚਿਊਸੈਟਸ ਦੀ ਰਾਜਧਾਨੀ ਬੋਸਟਨ ਤੋਂ ਲਗਭਗ 32 ਕਿਲੋਮੀਟਰ ਦੱਖਣ ਪੱਛਮ ਵਿੱਚ ਹੈ। ਮ੍ਰਿਤਕ ਟੀਨਾ ਅਤੇ ਉਸਦਾ ਪਤੀ ਪਹਿਲਾਂ ਐਂਜੂਨੋਵਾ ਨਾਮ ਦੀ ਸਿੱਖਿਆ ਖੇਤਰ ਨਾਲ ਸੰਬੰਧਿਤ ਕੰਪਨੀ ਚਲਾਉਂਦੇ ਸਨ ਜੋ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਸੀ। ਦੂਜੇ ਪਾਸੇ ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ ਘਰੇਲੂ ਹਿੰਸਾ ਦੱਸਦੇ ਹੋਏ ਕਿਹਾ ਕਿ ਕਮਲ ਦੀ ਲਾਸ਼ ਨੇੜੇ ਇੱਕ ਬੰਦੂਕ ਮਿਲੀ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਉਹਨਾਂ ਨੇ ਇਹ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਪਰਿਵਾਰ ਦੇ 3 ਮੈਂਬਰਾਂ ਨੂੰ ਗੋਲੀ ਮਾਰ ਕੇ ਕੇਸ ਨੇ ਮਾਰਿਆ ਹੈ। ਮੌਰੀਸੀ ਨੇ ਕਿਹਾ ਕਿ ਇਹ ਕਤਲ ਦੀ ਵਾਰਦਾਤ ਹੈ ਜਾਂ ਖੁਦਕੁਸ਼ੀ ਦੀ। ਇਸ 'ਤੇ ਉਹ ਕੁਝ ਵੀ ਟਿੱਪਣੀ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਨੇ। ਜਾਂਚ ਦੇ ਨਤੀਜੇ ਜਲਦੀ ਆਉਣ ਦੀ ਉਮੀਦ ਹੈ। ਜੋੜਾ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ। ਉਹਨਾਂ ਕਿਹਾ ਇਹ ਬਹੁਤ ਮੰਦਭਾਗਾ ਅਤੇ ਸਾਡੀ ਸੰਵੇਦਨਾ ਪੂਰੇ ਕਮਲ ਪਰਿਵਾਰ ਦੇ ਨਾਲ ਹੈ। ਦਸਤਾਵੇਜ਼ਾਂ ਦੇ ਅਨੁਸਾਰ ਜੋੜੇ ਦੀ ਕੰਪਨੀ ਸਾਲ 2016 ਵਿੱਚ ਸ਼ੁਰੂ ਹੋਈ ਸੀ ਪਰ ਇਹ ਦਸੰਬਰ 2021 ਵਿੱਚ ਬੰਦ ਹੋ ਗਈ ਸੀ। ਐਡੋਨੋਵਾ ਦੀ ਵੈਬਸਾਈਟ 'ਤੇ ਟੀਨਾ ਕਮਲ ਨੂੰ ਕੰਪਨੀ ਦੀ ਮੁੱਖ ਸੰਚਾਲਨ ਅਧਿਕਾਰੀ ਦੱਸਿਆ ਗਿਆ। ਇਸ ਵਿੱਚ ਉਸ ਨੂੰ ਹਾਰਵਰਡ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਦੱਸਿਆ ਗਿਆ ਸੀ। ਇੱਕ ਰਿਪੋਰਟ ਮੁਤਾਬਕ ਕਮਲ ਬਹੁਤ ਅਮੀਰ ਸੀ। ਉਹ ਜਿਸ ਆਲੀਸ਼ਾਨ ਹਵੇਲੀ ਵਿੱਚ ਰਹਿ ਰਿਹਾ ਸੀ ਉਸਦੀ ਕੀਮਤ ਲਗਭਗ $54.5 ਲੱਖ ਹੈ,
जानकारी अनुसार वित्तीय समस्यावां दा सामना कर रहे परिवार ने हवेली नूं 1 साल पहला मैसाचुसेट्स स्थित विल्सन डेल एसोसिएट्स LLC नूं $3 मिलियन विच वेच दिता सी। जोड़े ने 1900 वर्ग फुट की जायदाद जिस विच 11 बेडरूम ने नूं 2019 विच $4 मिलियन विच खरीदिया सी। अमरीकी फौज का X-37B पुलाड़ जहाज़ वीरवार को एक होर गुप्त मिशन लिए रवाना हो गया है। मनिया जा रहा है कि यह मिशन घट्टो घट 2 साल तक जारी रहेगा। पिछले कुछ मिशनों की तरह यह जहाज़ जो कि एक छोटे स्पेस शटल की तरह दिखाई देता है कई खुफिया मिशनों को पूरा करेगा। जहाज़ ने तकनीकी खराबी कारण तय समय तो 2 हफ्तों तो वध की देरी तो बाद उड़ान भरी है। इसते कोई पुलाड़ यात्री नहीं सवार है। स्पेस एक्स दे फाल्कन हैवी रॉकेट ने वीरवार रात नू नासा दे कैनेडी स्पेस सेंटर तो इस जहाज नाल उड़ान भरी। यह अमरीकी जहाज 2010 तो उड़ान भर रहा है अते ए इस दी 7वीं उड़ान है। इस तो पहला X-37B लगभग 2.5 साल तक पुलाड़ च रहा सी अते ए हुण तक दा इस दा सब तो लंबे समय दा मिशन सी। हालांकि स्पेस फोर्स दे अधिकारी ने यह जानकारी नहीं दित्ती कि इस बार जहाज कितना समा पुलाड़ च रहेगा। बोइंग द्वारा बनाया गया X-37B नासा दे रिटायर्ड स्पेस शटल वर्ग है, इसलिए किसी पुलाड़ यात्री की लोड़ नहीं है। उत्तरी मैक्सीको विच बीते दिन उस समय सनसनी फैल गई जदों 3 बंदूकधारियों ने चल रही एक पार्टी विच फायरिंग कर दी। इस घटना विच 6 लोगों की मौत हो गई और 26 होर जख्मी हो गए ने। मरण वालों विचों 2 की उम्र 18 साल तो घट सी अते जख्मियों विच 5 बच्चे शामिल ने। दस दईए कि फायरिंग कारण जख्मी होए लोगों नूं स्थानक हस्पतालों च दाखिल करवाया गया जिन्हां विचों 4 की हालत नाजुक दसी जा रही है जबकि 13 होरां नूं इलाज तो बाद छुट्टी दे दिती गई। सरहदी राज सोनेरा दे वकीलां ने कहा कि बंदूकधारियों वालों यह हमला सियुदाइद ओब्रेगन शहर विच एक पार्टी दौरान किया गया जिथे एक होर गिरोह दे मैंबर दा शक सी। मनिया जा रहा है कि 3 बंदूकधारियों ने हमला किया पर पार्टी चोना दा चौथा साथी मौजूद सी। हमले दौरान लोड़ींदे गिरोह दे मैंबर ने भज्जण की कोशिश की थी पर वह मारिया गया। हमले तो बाद बंदूकधारी फरार हो गए। जिक्रयोग है कि सनोरा च नशा तस्करी करन वाले कई गिरोह सरगर्म ने अते इन्हां विचकार सरदारी की लड़ाई च अक्सर खून खराबा हुंदा रहिंदा है। महाराजा चार्ल्स तीजे ने बरतानिया विच 30 सालों तो वध समय तो दवाई दे खेतर विच सरगर्म रहे डॉक्टर अमृतपाल सिंह हांगिन नू नाइटहुड की उपाधि नाल सन्मानित करन दा फैसला कीता है। न्यू कैसल यूनिवर्सिटी के जनरल प्रैक्टिस के प्रोफेसर डॉक्टर अमृतपाल सिंह हांगिन नू उन्हां दी दवाई दी सेवा लई 2024 दी नवें साल ऑनर्स सूची विच शामिल किया गया। सूची विच लगभग 30 सेहत संभाल पेशेवर परोपकारी अते भारतीय मूल दे कम्युनिटी वर्कर शामिल ने जिन्हां नू समाज लई उन्हां दी निरस्वार्थ सेवा लई सन्मानित किया गया। यह सूची शुक्रवार रात नू जारी की गई। डॉक्टर अमृतपाल सिंह नू प्रोफेसर पाली हांगिन वजों जाणिया जांदा है। ਉਹ ਡਰਹਮ ਯੂਨੀਵਰਸਿਟੀ ਦੇ ਮੋਢੀ ਡੀਨ ਅਤੇ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਨਵੇਂ ਸਾਲ ਦੇ ਸਨਮਾਨਾਂ ਦੀ ਸੂਚੀ ਦੇਸ਼ ਭਰ ਦੇ ਲੋਕਾਂ ਦੀਆਂ ਅਸਧਾਰਨ ਪ੍ਰਾਪਤੀਆਂ ਨੂੰ ਮਾਨਤਾ ਦਿੰਦੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਨਿਸਵਾਰਥ ਅਤੇ ਦਇਆ ਪ੍ਰਤੀ ਸਭ ਤੋਂ ਉੱਚੀ ਪ੍ਰਤੀਬੱਧਤਾ ਦਿਖਾਈ ਹੈ। ਤੁਸੀਂ ਇਸ ਦੇਸ਼ ਦਾ ਮਾਣ ਅਤੇ ਸਾਡੇ ਸਾਰਿਆਂ ਲਈ ਪ੍ਰੇਰਨਾ ਹੋ। ਕੈਬਨਿਟ ਦਫ਼ਤਰ ਨੇ ਕਿਹਾ ਕਿ ਇਸ ਸਾਲ 1200 ਤੋਂ ਵੱਧ ਲੋਕਾਂ ਨੂੰ ਉਹਨਾਂ ਦੀਆਂ ਅਸਧਾਰਨ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ 48% ਔਰਤਾਂ ਨੇ। ਸਾਲ 2024 ਲਈ ਹੋਰ ਉੱਚ ਸਨਮਾਨਾਂ ਵਿੱਚ ਹਾਲੀਵੁੱਡ ਫਿਲਮ ਨਿਰਮਾਤਾ ਰਿਡਲੇ ਸਕੌਟ ਸ਼ਾਮਲ ਨੇ ਜਿਨ੍ਹਾਂ ਨੂੰ ਬ੍ਰਿਟਿਸ਼ ਫਿਲਮ ਉਦਯੋਗ ਲਈ ਉਹਨਾਂ ਦੀਆਂ ਸੇਵਾਵਾਂ ਲਈ ਆਰਡਰ ਆਫ ਬ੍ਰਿਟਿਸ਼ ਐਮਪਾਇਰ ਦੇ ਨਾਈਟ ਗ੍ਰੈਂਡ ਕ੍ਰਾਸ ਨਾਲ ਸਨਮਾਨਿਤ ਕੀਤਾ ਗਿਆ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ 'ਤੇ। ਟਰੂਡੋ ਸਰਕਾਰ ਦਾ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਲਈ ਵੱਡਾ ਫੈਸਲਾ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੁਤਾਬਕ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਦੀ ਸਹੂਲਤ ਦੇਣ ਦੀ ਬਣਾਈ ਜਾ ਰਹੀ ਹੈ ਯੋਜਨਾ। ਲਖਬੀਰ ਸਿੰਘ ਲੰਡਾ ਨੂੰ ਭਾਰਤ ਸਰਕਾਰ ਨੇ ਐਲਾਨਿਆ ਅੱਤਵਾਦੀ। ਪੰਜਾਬ ਪੁਲਿਸ ਹੈੱਡਕੁਆਰਟਰ 'ਤੇ ਰਾਕੇਟ ਹਮਲੇ ਦੀ ਬਣਾਈ ਸੀ ਯੋਜਨਾ। ਕੈਨੇਡਾ ਦੇ ਐਡਮਿੰਟਨ ਵਿੱਚ ਰਹਿ ਰਿਹਾ ਹੈ ਲੰਡਾ। ਕੈਨੇਡਾ 'ਚ ਭਾਰਤੀ ਮੂਲ ਦੀ ਔਰਤ 'ਤੇ ਕਤਲ ਦਾ ਦੋਸ਼। ਪੁਲਿਸ ਵੱਲੋਂ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਮ੍ਰਿਤਕਾਂ ਦੇ ਨਾਮ ਦਾ ਨਹੀਂ ਕੀਤਾ ਖੁਲਾਸਾ। ਅਤੇ 1.5 ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਹੋਈ ਮੌਤ। ਉਚੇਰੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਮਾਪਿਆਂ ਦਾ ਇੱਕ ਲੌਤਾ ਪੁੱਤ। ਮ੍ਰਿਤਕ ਦੀ ਪਛਾਣ 21 ਸਾਲਾਂ ਦੇ ਕਰਨਵੀਰ ਸਿੰਘ ਵਜੋਂ ਹੋਈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ TV ਪੰਜਾਬ।